ਟਮਾਟਰ ਵੀ ਭੁੱਜ ਗਏ ਨੇ ਤੇ ਜਿਹੜੇ ਅਸੀਂ ਹੁਣ ਪਿਆਜ਼ ਨੇ ਲੰਮੇ ਲੰਮੇ ਕੱਟੇ ਹੋਏ ਸੀ ਜੇ ਕੱਢੇ ਨੇ ਭੁੱਜੇ ਉਹ ਮੈਂ ਪਾ ਦੇਣੇ ਨੇ ਉੱਪਰ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਰਸੋਈ 'ਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਜੀ ਅੱਜ ਅਸੀਂ ਤੁਹਾਨੂੰ ਲੂਣ ਵਾਲੇ ਨਮਕੀਨੇ ਚਾਵਲ ਬਣਾਉਣਾ ਸਿਖਾਉਂਦੀ ਹਾਂ ਜਿਹਨੂੰ ਨਮਕੀਨੇ ਚਾਵਲ ਵੀ ਕਹਿੰਦੇ ਹਾਂ ਅਤੇ ਲੂਣ ਵਾਲੇ ਚਾਵਲ ਵੀ ਅਤੇ ਉਹ ਬਣਾਉਣਾ ਸਿਖਾਉਂਦੀ ਹਾਂ ਅਤੇ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਬਣ ਜਾਂਦੇ ਨੇ ਖਾਣ ਨੂੰ ਬੜੇ ਸਵਾਦ ਲੱਗਦੇ ਨੇ ਅਤੇ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਤਾਂ ਵੀਡੀਓ ਨੂੰ ਮੇਰੀ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਜ਼ਰੂਰ ਸਬਸਕ੍ਰਾਈਬ ਅਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਲੂਣ ਵਾਲੇ ਚਾਵਲ ਬਣਨ ਲਈ ਸਾਨੂੰ ਜੋ ਜੋ ਚੀਜ਼ਾਂ ਚਾਹੀਦੀਆਂ ਨਾ ਉਹ ਮੈਂ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾਉਂਦੀ ਹਾਂ ਆਓ ਦੇਖੀਏ ਅਤੇ ਉਹ ਸਭ ਤੋਂ ਪਹਿਲਾਂ ਤਾਂ ਆਪਾਂ ਚਾਵਲ ਚਾਹੀਦੇ ਸਾਨੂੰ ਚਾਵਲ ਨੂੰ ਮੈਂ ਧੋ ਕੇ ਆਹ ਦੇਖੋ ਤਿੰਨ ਚਾਰ ਪਾਣੀ ਚਾਵਲ ਨੂੰ ਧੋ ਕੇ ਸੁਕਾ ਕੇ ਰੱਖੇ ਹੋਏ ਨੇ ਅਤੇ ਜ਼ਰੂਰੀ ਧੋਣੇ ਚਾਰ ਤਿੰਨ ਜਾਂ ਚਾਰ ਪਾਣੀ ਤੁਸੀਂ ਧੋ ਸਕਦੇ ਸਾਫ਼ ਕਰਕੇ ਅਤੇ 10 ਮਿੰਟ ਪਹਿਲਾਂ ਧੋ ਕੇ ਰੱਖੇ ਹੋਏ ਨੇ ਜਦੋਂ ਧੁੱਪੇ ਹੋਣ ਚਾਹੁੰਦੇ ਫਿਰ ਚਾਵਲ ਬਹੁਤ ਹੀ ਵਧੀਆ ਬਣਦੇ ਨੇ ਅਤੇ ਇਹਦੇ ਲਈ ਆਪਾਂ ਲਿਆ ਹਰਾ ਧਨੀਆ ਇੱਕ ਹਰੀ ਮਿਰਚ ਕੱਟੀ ਹੋਈ ਹੈ ਅਤੇ ਆਪਾਂ ਅਦਰਕ ਥੋੜ੍ਹੀ ਜਿਹੀ ਸਲਾਈਸ ਕੱਟੇ ਹੋਏ ਨੇ ਲੰਬੇ ਲੰਬੇ ਪੀਸਾਂ 'ਚ ਅਤੇ 2 ਗਲਾਸ ਸਾਨੂੰ ਪਾਣੀ ਚਾਹੀਦਾ ਤੇਲ ਅਤੇ ਇੱਕ ਪਿਆਜ਼ ਆਪਾਂ ਲੰਮੇ ਲੰਮੇ ਸਲਾਈਸ ਕੱਟੇ ਹੋਏ ਨੇ ਹਾਂ ਦੇਖੋ ਜੋ ਕਿ ਲੰਮੇ ਲੰਮੇ ਪੀਸਾਂ 'ਚ ਅਤੇ ਇੱਕ ਆਪਾਂ ਟਮਾਟਰ ਲਿਆ ਅਤੇ ਇਸ ਜੇ ਟਮਾਟਰ ਨਾਲ ਚਾਵਲ ਬਣਾਉਣੇ ਤਾਂ ਬਹੁਤ ਸਵਾਦ ਬਣਦੇ ਸੀ ਨਾਲੇ ਥੋੜ੍ਹੇ ਜਿਹੇ ਨਰਮ ਹੁੰਦੇ ਸੌਫਟ ਜਿਹੇ ਬਣ ਜਾਂਦੇ ਨੇ ਹਰੇ ਮਟਰ ਲਏ ਨੇ ਅਤੇ ਆਪਾਂ ਲੀਆਂ ਨੇ 10-12 ਕਾਲੀਆਂ ਮਿਰਚਾਂ ਨੇ 3 ਆਪਾਂ ਤੇਜ ਪੱਤੇ ਲਏ ਨੇ 3 ਆਪਾਂ ਕਾਲੀ ਮੋਟੀ ਇਲਾਚੀ ਲਈਏ ਥੋੜ੍ਹੀ ਜਿਹੀ ਆਪਾਂ ਦਾਲਚੀਨੀ ਲਈਏ ਹੈ ਨਾ ਅਤੇ ਜਿਹੜੇ ਆਪਾਂ ਮਸਾਲੇ ਚੌਲਾਂ 'ਚ ਐਡ ਕਰਾਂਗੇ ਉਹਨੂੰ ਮੈਂ ਤੁਹਾਨੂੰ ਨਾਲ ਨਾਲ ਦਿਖਾਵਾਂਗੀ ਅਤੇ ਚਲੋ ਸ਼ੁਰੂ ਕਰਦੇ ਹਾਂ ਬਣਾਉਣਾ ਤੇਲ ਗਰਮ ਹੋ ਗਿਆ ਹੁਣ ਆਪਾਂ 1 ਚਮਚਾ ਛੋਟਾ ਜੀਰੇ ਦਾ ਤੇਜ ਪੱਤਾ ਮੋਟੀ ਇਲਾਚੀ ਔਰ ਕਾਲੀਆਂ ਮਿਰਚਾਂ ਉਹ ਵੀ ਨਾਲ ਪਾ ਦੇਣੀਆਂ ਇੱਕ ਮੈਂ ਲਸਣ ਦੀ ਥੋੜ੍ਹੀ ਸਾਬਤੀ ਪਾਵਾਂਗੀ ਕਿਉਂਕਿ ਲਸਣ ਬੱਚੇ ਖਾਂਦੇ ਨਹੀਂ ਹੈਗੇ ਮੈਂ ਆਪਣੇ ਵਾਸਤੇ ਪਾ ਰਹੀ ਹਾਂ ਬੜੀ ਸੋਹਣੀ ਸਮੈਲ ਆਉਂਦੀ ਜੇ ਚਾਵਲ ਬਣਾਵਾਂਗੇ ਆਪਾਂ ਪਿਆਜ਼ ਕੱਟੇ ਹੋਏ ਦੋ ਤਿੰਨ ਮਿੰਟ ਹੋ ਗਏ ਨੇ ਪਿਆਜ਼ਾਂ ਨੂੰ ਭੁੱਜਦਿਆਂ ਨੂੰ ਹੁਣ ਆਪਾਂ ਅਦਰਕ ਪਾ ਲਾਂਗੇ ਥੋੜ੍ਹੀ ਜਿਹੀ ਰੱਖ ਲਾਂਗੇ ਹਰੀ ਮਿਰਚ ਹੁਣ ਆਪਾਂ ਦੇਖ ਟਮਾਟਰ ਐਡ ਕਰ ਦੇਣੇ ਟਮਾਟਰ ਐਡ ਕਰਕੇ ਆਪਾਂ ਲਾ ਕੇ ਅਤੇ ਚੰਗੀ ਤਰ੍ਹਾਂ ਪਕਾ ਲੈਣੇ ਟਮਾਟਰ ਵੀ ਭੁੱਜ ਗਏ ਨੇ ਹੁਣ ਆਪਾਂ ਥੋੜ੍ਹੇ ਜਿਹੇ ਟਾਈਮ 'ਤੇ ਮਟਰ ਭੁੰਨ ਲਾਂਗੇ 1-2 ਮਿੰਟ ਕਿਉਂ ਕੱਚੇ ਨੇ ਨਾ ਅਤੇ 1-2 ਮਿੰਟ ਜਦੋਂ ਭੁੰਨਣਾ ਜ਼ਰੂਰੀ ਹੈ ਮਟਰ ਭੁੰਨ ਕੇ 1-2 ਮਿੰਟ 'ਤੇ ਫਿਰ ਆਪਾਂ ਚੌਲ ਐਡ ਕਰਦੇ ਨੇ ਅਤੇ ਪਾਣੀ ਫਰੈਂਡਸ ਆਪਾਂ ਜਦੋਂ ਵੀ ਚਾਵਲ ਬਣਾਉਣੇ ਨੇ ਜਿਹੜਾ ਪਾਣੀ ਹੈ ਉਹਨੂੰ ਗਰਮ ਕਰਕੇ ਬੁਲਾਇਆ ਪਾਣੀ ਚਾਵਲਾਂ ਦੇ ਵਿੱਚ ਪਾਓ ਨਾ ਨਮਕੀਨ ਚਾਵਲਾਂ ਵਿੱਚ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਇਹ ਮੈਂ ਅੱਜ ਕੱਲ੍ਹ ਤੁਹਾਨੂੰ ਸਿੰਪਲ ਜਿਹੇ ਸਾਦੇ ਤਰੀਕੇ ਨਾਲ ਬਣਾਵਾਂਗੇ ਚਾਵਲਾਂ ਦੇ ਹਿਸਾਬ ਨਾਲ ਆਪਾਂ ਨਮਕ ਪਾਉਣਾ ਡੇਢ ਚਮਚਾ ਨਮਕ ਦਾ ਪਾ ਦੇਣਾ ਕੋਕੇ ਚੌਲ ਚੌਲ ਸਵਾਦ ਨਿਕਲੇ ਜਦੋਂ ਆਪਾਂ ਦਹੀਂ ਦੇ ਨਾਲ ਖਾਣਾ ਫਿਰ ਨਮਕ ਪੂਰਾ ਹੋਣਾ ਚਾਹੀਦਾ ਥੋੜ੍ਹਾ ਜਿਹਾ ਪੀਸਾ ਹੈ ਜੀਰਾ ਪਾਉਣੀ ਅਤੇ ਥੋੜ੍ਹੇ ਥੋੜ੍ਹੇ ਚੀਜ਼ਾਂ ਪਾਣੀ ਆ ਰਹੀਆਂ ਨੇ ਮਸਾਲੇ ਥੋੜ੍ਹਾ ਜਿਹਾ ਧਨੀਆ ਅਤੇ ਥੋੜ੍ਹਾ ਜਿਹਾ ਹਾਂ ਬਿਲਕੁਲ ਥੋੜ੍ਹਾ ਜਿਹਾ ਲਾਲ ਚਲੀ ਥੋੜ੍ਹਾ ਗਰਮ ਮਸਾਲਾ ਪਾਉਣਾ ਅਤੇ ਉਹ ਆਪਾਂ ਬਾਅਦ 'ਚ ਪਾ ਦਾਂਗੇ ਥੋੜ੍ਹਾ ਜਿਹਾ ਹਾਂ 2-4 ਮਿੰਟ ਹੋ ਗਏ ਨੇ ਮਟਰ ਭੁੱਜਿਆ ਨਾ ਹਾਂ ਦੇਖੋ ਥੋੜ੍ਹਾ ਜਿਹਾ ਕਲਰ ਚੇਂਜ ਹੋ ਗਿਆ ਹੁਣ ਆਪਾਂ ਇਹਦੇ 'ਚ ਚੌਲ ਐਡ ਕਰ ਦਿੰਦੇ ਹਾਂ ਅਤੇ ਇਹ ਚੌਲ ਪੁਰਾਣੇ ਨੇ ਫੁੱਲਦੇ ਬਹੁਤ ਜ਼ਿਆਦਾ ਨੇ ਗਲਾਂ ਚੌਲ ਹੁੰਦਾ ਦੇਖ ਕਿੰਨੀ ਕੜਾਹੀ ਭਰ ਜਾਣੀ ਕਿ ਕੜਾਹੀ ਦੇ ਵਿੱਚ ਮੈਂ ਇਸ ਕਰਕੇ ਬਣਾ ਰਹੀ ਹਾਂ ਕੜਾਹੀ ਦੇ ਵਿੱਚ ਇੱਕ ਤਾਂ ਚੌਲ ਨਾਲ ਨਹੀਂ ਲੱਗਦੇ ਇੱਕ ਬਣਦੇ ਬਹੁਤ ਵਧੀਆ ਨੇ ਸਰਵ 'ਤੇ ਜਦੋਂ ਅਸੀਂ 1-2 ਮਿੰਟ ਧੋਣ ਕੇ ਆਪਾਂ ਨਾਲ ਹੀ ਪਾਣੀ ਪਾ ਦੇਣਾ ਗਰਮ ਉਬਲਿਆ ਹੋਇਆ ਪਾਣੀ ਫਿਰ ਸਾਡੇ ਚੌਲ ਨੇ ਜਿਹੜੇ ਇੱਕ ਵਾਲੇ ਦੇ ਨਾਲ ਹੀ ਬਣ ਕੇ ਤਿਆਰ ਹੋ ਜਾਣੇ ਨੇ ਬੜਾ ਟਾਈਮ ਨਹੀਂ ਲੱਗਦਾ ਹੈਗਾ ਹੁਣ ਅਸੀਂ ਪਾਣੀ ਪਾ ਦਿੰਦੇ ਹਾਂ ਮਿੰਟੀ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਮਿੰਟੀ ਵੀ ਪਾ ਸਕਦੇ ਹੋ ਮੈਂ ਤਾਂ ਤੁਹਾਨੂੰ ਅੰਦਾਜ਼ੇ ਨਾਲ ਪਾ ਦਿੰਦੀ ਹੁੰਦੀ ਹਾਂ ਆਹ ਦੇਖੋ ਉਬਲਿਆ ਹੋਇਆ ਪਾਣੀ ਆਪਾਂ ਐਡ ਕਰ ਲਈਏ ਦੋ ਗਲਾਸ
ਪਾਣੀ ਪਾ ਕੇ ਅਸੀਂ ਲਗਾ ਕੇ ਤੇ ਹੁਣ ਚੌਲਾਂ ਨੂੰ ਸਾਡੇ ਨੂੰ ਵਾਲਾ ਆ ਗਿਆ ਨਾ ਜਦੋਂ ਹੀ ਵਾਲਾ ਆ ਜਾਣਾ ਅਤੇ ਆਪਾਂ ਨੂੰ ਹੁਣ ਕਵਰ ਕਰ ਦੇਣਾ ਉਸ ਤੋਂ ਬਾਅਦ ਆਪਾਂ 2-3 ਮਿੰਟ ਬਾਅਦ ਦੇਖਾਂਗੇ ਅਤੇ ਚੌਲ ਸਾਡੇ ਆਪਣੇ ਆਪ ਹੀ ਪੱਕ ਕੇ ਤਿਆਰ ਹੋ ਜਾਣੇ ਨੇ ਅਤੇ ਗੈਸ ਨੂੰ ਬਿਲਕੁਲ ਸਲੋਅ ਕਰ ਦੇਣਾ ਅਸੀਂ ਫਰੈਂਡਸ ਜਦੋਂ ਵੀ ਤੁਸੀਂ ਘਰ ਦੇ ਵਿੱਚ ਕਦੇ ਵੀ ਨਮਕੀਨੇ ਚੌਲ ਕੋਈ ਵੀ ਚਾਵਲ ਬਣਾਓ ਫੋਕੇ ਜਾਂ ਨਮਕੀਨੇ ਅਤੇ ਜਦੋਂ ਤੁਹਾਡੇ ਚੌਲਾਂ ਨੂੰ ਵਾਲਾ ਆ ਜੇ ਅਤੇ ਉਸ ਤੋਂ ਬਾਅਦ ਕਵਰ ਕਰ ਦਿਉ ਅਤੇ ਗੈਸ ਨੂੰ ਬਿਲਕੁਲ ਸਲੋਅ ਕਰ ਦਿਉ ਅਤੇ ਤੁਹਾਡੇ ਚੌਲ ਆਪਣੇ ਆਪ ਹੀ ਪੱਕ ਜਾਣਗੇ ਅਤੇ ਦੂਜੀ ਗੱਲ ਇਹ ਤੁਸੀਂ ਕੜਛੀ ਨਹੀਂ ਮਾਰਨੀ ਬਹੁਤੀ ਕੜਛੀ ਨਾ ਮਾਰੋ ਕੜਛੀ ਨਾਲ ਆਪਣੇ ਚੌਲ ਟੁੱਟ ਜਾਂਦੇ ਜਦੋਂ ਆਪਾਂ ਕੜਛੀ ਮਾਰਨੇ ਸਾਰੇ ਲਾ ਕੇ ਅਤੇ ਚੌਲ ਟੁੱਟ ਜਾਂਦੇ ਨੇ ਅਤੇ ਕੜਛੀ ਬਹੁਤ ਘੱਟ ਮਾਰੋ ਕੋਸ਼ਿਸ਼ ਕਰੋ ਆਹ ਦੇਖੋ ਮੈਂ ਹੁਣ ਤੁਹਾਨੂੰ ਦਿਖਾਉਣੀ ਆ ਦੇਖੋ ਚੌਲ ਆਪਣੇ ਤਿਆਰ ਹੋ ਗਏ ਨਾ ਆਪਾਂ ਨਾ ਆਹ ਥੋੜ੍ਹੀ ਜਿਹੀ ਹੁਣ ਪਤਾ ਧਨੀਆ ਵੀ ਪਾ ਦੇਣਾ ਅਤੇ ਜਿਹੜੀ ਅਦਰਕ ਰੱਖੀ ਉਹ ਵੀ ਮੈਂ ਪਾ ਦੇ ਲੱਗੀ ਹਾਂ ਅਤੇ ਜਿਹੜੀ ਅਸੀਂ ਹੁਣ ਪਿਆਜ਼ ਨਹੀਂ ਲੰਮੇ ਲੰਮੇ ਕੱਟੇ ਹੋਏ ਸੀ ਜਾਂ ਕੱਢੇ ਨੇ ਭੁੱਜੇ ਉਹ ਮੈਂ ਪਾ ਦੇਣੇ ਇਹਨੂੰ ਉੱਪਰ ਬਹੁਤ ਸਵਾਦ ਬਣਦੇ ਨੇ ਉਹਦੇ ਤੁਸੀਂ ਟਰਾਈ ਜ਼ਰੂਰ ਕਰਿਓ ਘਰੇ ਅਤੇ ਇਹਨੂੰ ਮੈਂ ਲਾਉਣ ਦੀ ਕੋਸ਼ਿਸ਼ ਨਹੀਂ ਕਿ ਚੌਲਾਂ ਨੂੰ ਕਰਨੀ ਦੇਖ ਲੈਣਾ ਨਾ ਆਹ ਦੇਖੋ ਅੱਧੇ ਲਾਉਣੇ ਚੌਲ ਇਸ ਕਰਕੇ ਮੈਂ ਕੜਾਹੀ ਦੇ ਵਿੱਚ ਚਾਵਲ ਬਣਾ ਰਹੀ ਹਾਂ ਜਦ ਤੁਸੀਂ ਦੇਖੋ ਚੌਲ ਨੂੰ ਆਪਾਂ ਕੜਛੀ ਨਾਲ ਨਹੀਂ ਕੱਢਣੇ ਪਲਟੇ ਨਾਲ ਕੱਢਣੇ ਜਾਂ ਚੌੜਾ ਪਲਟਾ ਨਹੀਂ ਇਹਨਾਂ ਨੂੰ ਮਾਰ ਕੇ ਦੇਖਿਆ ਦੇਖੋ ਕਿੰਨੇ ਸੋਹਣੇ ਚੌਲ ਬਣੇ ਨੇ ਬਹੁਤ ਹੀ ਮਜ਼ੇਦਾਰ ਬਣੇ ਦੇਖੋ ਚੌਲ ਇਹਦਾ ਮਤਲਬ ਇੱਦਾਂ ਤੁਸੀਂ ਦੇਖ ਲਓ ਜੇ ਚੌਲ ਤੁਹਾਡੇ ਗਲ ਗਏ ਤਾਂ ਠੀਕ ਹੈ ਇੱਕ ਇੱਕ ਕਣੀ ਜ਼ਰੂਰ ਚੌਲਾਂ ਦੀ ਰੱਖਣੀ ਚਾਹੀਦੀ ਹੈ ਅਤੇ ਫਿਰ ਡੱਬੂ ਨੇ ਚੌਲ ਆਪਣੇ ਆਪ ਹੀ ਪੱਕ ਕੇ ਤਿਆਰ ਹੋ ਜਾਂਦੇ ਨੇ ਲੂਣ ਵਾਲੇ ਚੌਲ ਬਣ ਕੇ ਆਪਣੇ ਤਿਆਰ ਹੋ ਗਏ ਨੇ ਬਹੁਤ ਹੀ ਵਧੀਆ ਅਤੇ ਮਜ਼ੇਦਾਰ ਬਣੇ ਨੇ ਖਾਣ ਨੂੰ ਬੜੇ ਸਵਾਦ ਲੱਗਦੇ ਨੇ ਅਤੇ ਉਮੀਦ ਕਰਦੀ ਹਾਂ ਮੈਂ ਮੇਰੀ ਰੈਸਪੀ ਜ਼ਰੂਰ ਤੁਹਾਨੂੰ ਪਸੰਦ ਆਏਗੀ ਮੇਰੀ ਰੈਸਪੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਦੇ ਨਾਲ ਬੈਲ ਵਾਲੇ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ ਕੋਈ ਵੀ ਮੈਂ ਨਵੀਂ ਵੀਡੀਓ ਪਾਵਾਂ ਤਾਂ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਸਕੇ ਅਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਥੈਂਕ ਯੂ ਸਤਿ ਸ਼੍ਰੀ ਅਕਾਲ